Hello everyone here is your Ritika and welcome back to your favorite YouTube channel and many job thoda der baad aaiyan so aaj we vacancies like aaiyan jehde recently available hai tade vaaste tusi form fill kar sakde ho so eh middle class wale jehde candidates ne onna vaaste 8th pass wale vaaste bhi kuch vacancies de de vich laake aayi so watch this video till then pehli vacancy aayi hai friends Haryana Vidhan Sabha Secretariat Chandigarh de walon jide vich vacancies available ne sade kol web cam database administrator di senior technical professional di hai ek vacancy IT ਅਸਿਸਟੈਂਟ ਜੂਨੀਅਰ ਟਰਾਂਸਲੇਟਰ ਉਹ ਵਾਚ ਐਂਡ ਵਾਰਡ ਅਸਿਸਟੈਂਟ ਇੱਕ ਹੈ ਡਾਟਾ ਐਂਟਰੀ ਆਪਰੇਟਰ ਦੀ ਤੇ ਡਰਾਈਵਰ ਦੀ ਵੀ ਇੱਕ ਹੈ ਸੋ ਜਿਹੜੇ ਮੇਰੇ ਪ੍ਰਾਣੇ ਸਬਸਕ੍ਰਾਈਬਰਸ ਆ ਉਹਨਾਂ ਨੂੰ ਤਾਂ ਪਤਾ ਹੈ ਨਿਊ ਵਲੰਟ ਦੱਸਨੇ ਕਿ ਕਦੀ ਵੀ ਇੱਕ ਇੱਕ ਨੰਬਰ ਆ ਵੈਕੈਂਸੀਜ਼ ਵੇਖ ਕੇ ਡਰੀਦਾ ਨਹੀਂ ਕਿ ਇੱਕ ਹੀ ਆ ਕਿਹੜੀ ਸਾਨੂੰ ਮਿਲਨੀ ਆ ਸੋ ਬਹੁਤ ਸਾਰਿਆਂ ਦਾ ਵੈਕੈਂਸੀਜ਼ ਦਾ ਪਤਾ ਵੀ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਵੇਖੋ ਕਿੰਨਾ ਘੱਟ ਟਾਈਮ ਹੈ ਕਿ ਤੁਸੀਂ 19 12 ਤੱਕ ਜਿਹੜਾ ਵਾ ਇਹ ਫਾਰਮ ਜਿਹੜੇ ਵਾ ਅਵੇਲੇਬਲ ਆਪਣੇ ਕਰਨੇ ਆ ਸੈਂਡ ਕਰਨੇ ਆ ਇਹ ਐਡਰੈਸ ਦਿੱਤਾ ਹੈਗਾ ਤੁਸੀਂ ਇਸ ਐਡਰੈਸ ਦੇ ਉੱਪਰ 1912 ਤੋਂ ਪਹਿਲਾਂ ਪਹਿਲਾਂ ਸੈਂਡ ਕਰ ਦੇਣੇ ਸੋ ਕਈਆਂ ਨੂੰ ਤੇ ਪਤਾ ਵੀ ਨਹੀਂ ਲੱਗਣਾ ਸੋ ਇਹ ਨਹੀਂ ਵੇਖਣਾ ਇੱਕ ਵੈਕੈਂਸੀ ਹੈ ਜਸਟ ਗੋ ਐਂਡ ਫਿਲ ਥਿਸ ਫਾਰਮ ਜਿਹਦੇ ਵਾਸਤੇ ਤੁਸੀਂ ਐਲੀਜੀਬਲ ਹੈਗੇ ਹੋ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਫਾਰਮ ਵੀ ਲੈ ਸਕਦੇ ਹੋ ਨੈਕਸਟ ਵੈਕੈਂਸੀ ਹੈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵੱਲੋਂ ਜਿਹਦੇ ਵਿੱਚ ਸੀਨੀਅਰ ਕੰਸਲਟੈਂਟ ਅਸਿਸਟੈਂਟ ਜੂਨੀਅਰ ਜਨਰਲ ਮੈਨੇਜਰ ਦੀ ਹੈ ਇਹ ਸਭ ਦਾ ਪ੍ਰਿੰਸੀਪਲ ਦੀ ਹੈ ਪ੍ਰਿੰਸੀਪਲ ਐਗਜ਼ੀਕਿਊਟਿਵ ਦੀ ਹੈ ਪ੍ਰਿੰਸੀਪਲ ਐਗਜ਼ੀਕਿਊਟਿਵ ਐਸਐਲ ਡਿਪਾਰਟਮੈਂਟ ਦੇ ਵਿੱਚ ਹੈਗੇ ਤੇ ਮਲਟੀਟਾਸਕ ਜਿਹੜੇ ਹੈਗੇ ਆ ਸਟਾਫ ਹੈ ਉਹਦੇ ਵਿੱਚ ਇੱਕ ਵੈਕੈਂਸੀ ਇਹਦੀ ਵੀ ਲਾਸਟ ਡੇਟ ਜਿਹੜੀ ਹੈ ਫਰੈਂਡਸ ਉਹ ਸਿਰਫ ਤੇ ਸਿਰਫ 16-12 ਸੋ ਇਹ ਬਹੁਤ ਥੋੜੇ ਦਿਨਾਂ ਦੇ ਵਿੱਚ ਹੀ ਵੈਕੈਂਸੀਜ਼ ਆਊਟ ਕਰਦੇ ਤੇ ਬਹੁਤ ਜਲਦੀ ਸਬਮਿਟ ਕਰ ਦਿੰਦੇ ਆ ਇਸ ਚੈਨਲ ਦੇ ਨਾਲ ਸਬਸਕ੍ਰਾਈਬ ਰੱਖ ਕੇ ਤੁਹਾਨੂੰ ਨਾਲ ਦੇ ਨਾਲ ਇਨਫੋਰਮੇਸ਼ਨ ਮਿਲਦੀ ਆ ਅਗਲੀ ਵੈਕੈਂਸੀ ਹੈਗੇ ਫ੍ਰੈਂਡਸ ਪੰਜਾਬ ਇੰਜੀਨੀਅਰ ਕਾਲਜ ਹੈਗਾ ਵਾ ਚੰਡੀਗੜ੍ਹ ਉਹਦੇ ਵਾਸਤੇ ਐਪਲੀਕੇਸ਼ਨ ਜੁੜਾਣ ਇਨਵਾਈਟ ਕੀਤੇ ਆ ਨੇ ਅਸਿਸਟੈਂਟ ਰਜਿਸਟਰਾਰ ਦੀਆਂ ਪੰਜ ਵੈਕੈਂਸੀਜ਼ ਨੇ ਸੁਪਰਡੈਂਟਸ ਦੀਆਂ ਐ ਸੀਨੀਅਰ ਸਿਕਿਉਰਿਟੀ ਆਫੀਸਰਸ ਤੇ ਸਪੋਰਟ ਇਨਸਟ੍ਰਕਟਰਸ ਦੀਆਂ ਨੇ ਸੋ 19 ਦਸੰਬਰ ਜਿਹੜੀ ਇਹਦੀ ਲਾਸਟ ਡੇਟ ਹੋਏਗੀ ਫਾਰਮ ਫਿਲ ਕਰਨ ਦੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਹੈਗਾ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦਾ ਇਹਦੇ ਵਿੱਚ ਅਫੀਸ਼ੀਅਲ ਵੈਬਸਾਈਟ ਜਨਾ ਦੀ ਅਵੇਲੇਬਲ ਆ ਫੋਨ ਨੰਬਰ ਵੀ ਤੁਹਾਡੇ ਕੋਲ ਅਵੇਲੇਬਲ ਹੈ ਇਹਦੇ ਵਾਸਤੇ ਜਿਹੜੀਆਂ ਵੈਕੈਂਸੀਸ ਨੇ ਕੰਸਲਟੈਂਟ ਹੈਗੇ ਆ ਆਫਿਸ ਅਸਿਸਟੈਂਟ ਡਾਟਾ ਐਂਟਰੀ ਆਪਰੇਟਰ ਜਿਹੜੀਆਂ ਨੇ ਉਹ ਕਾਫੀ ਵਧੀਆ ਵੈਕੈਂਸੀਸ ਆ ਕੰਟਰੈਕਟਰਲ ਬੇਸਿਸ ਤੇ ਬਾਅਦ ਚ ਰੈਗੂਲਰ ਵੀ ਕਰ ਦਿੰਦੇ ਨੇ ਸੋ ਪੇ ਸਕਿਲ ਵੀ ਗੁੱਡ ਹੈ ਨੰਬਰ ਆਫ ਵੈਕੈਂਸੀਸ ਵੀ ਗੁੱਡ ਨੇ ਛੇ ਬਹੁਤ ਜ਼ਿਆਦਾ ਹੁੰਦੀਆਂ ਨੇ ਮਲਟੀਟਾਸਟ ਸਟਾਫ ਜਿਹੜਾ ਉਹਨਾਂ ਦੀਆਂ ਵਿੱਚ ਛੇ ਆ ਇਹਨਾਂ ਦੀ ਲਾਸਟ ਡੇਟ ਸਿਰਫ 27 ਤਰੀਕ ਹੈ ਜੀ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਐਲੀਜੀਬਲ ਕ੍ਰਾਈਟੇਰੀਆ ਤੁਸੀਂ ਦੇਖ ਸਕਦੇ ਹੋ ਅਗਲੀ ਹੈਗੀ ਕੇਂਦਰੀ ਵਿਦਿਆਲਿਆ ਹੈਗਾ ਉਹਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਇਹਦੇ ਵਿੱਚ ਸਿੱਧੀ ਇੰਟਰਵਿਊ ਹੋਏਗੀ ਕੋਈ ਰਿਟਨ ਟੈਸਟ ਨਹੀਂ ਹੈਗਾ ਜਿਹੜੀ ਕਿ 9 ਵਜੇ ਹੋਏਗੀ 13 12 2022 ਨੂੰ ਇਹਦੀ ਇੰਟਰਵਿਊ ਹੋਏਗੀ ਇਹ ਹੈਗੀ ਹੈ ਪੀਜੀਟੀ, ਟੀਜੀਟੀ, ਟੀਜੀਟੀ ਹਿੰਦੀ, ਟੀਜੀਟੀ ਇੰਗਲਿਸ਼, ਪੀਆਰਟੀ ਤੇ ਸਪੈਸ਼ਲ ਐਜੂਕੇਟਰਸ ਦੀਆਂ ਜਿਹੜੀਆਂ ਨੇ ਇਹ ਵੈਕੈਂਸੀਜ਼ ਅਵੇਲੇਬਲ ਹੈ ਐਸਾਈਟ ਦੇ ਉੱਪਰ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਇਹਨਾਂ ਨੂੰ ਅਗਲੀ ਵੈਕੈਂਸੀਜ਼ ਆਈਆਂ ਵਾ ਕੇਂਦਰੀ ਵਿਦਿਆਲਾ ਦੇ ਵਿੱਚ ਹੀ ਆ ਗਿਆ ਵਾ ਇਹਦੇ ਵਿੱਚ ਜਿਹੜੀਆਂ ਵੈਕੈਂਸੀਜ਼ ਹੈਗੀਆਂ ਪਠਾਨਕੋਟ ਦੇ ਵਿੱਚ ਇਹਦੀ ਵੀ ਸਿਰਫ ਤੇ ਸਿਰਫ ਇੰਟਰਵਿਊ ਹੀ ਹੋਏਗੀ ਕੋਈ ਰਿਟਨ ਟੈਸਟ ਨਹੀਂ ਹੋਗਾ ਜਿਹੜੇ ਕਿ 12 12 ਹੋਏਗੀ ਤੁਸੀਂ ਇੰਟਰਵਿਊ ਵਾਸਤੇ ਸਿੱਧਾ ਹੀ ਪਹੁੰਚ ਸਕਦੇ ਹੈਗੇ টিਜੀਟੀ ਦੇ ਵਿੱਚ ਹੈ ਗੇਮਸ ਦੇ ਵਿੱਚ ਹੈ ਤੇ ਸਪੈਸ਼ਲ ਐਜੂਕੇਟਰ ਹੈ ਪੂਰੀਆ ਪ੍ਰੋਪਰ ਕੰਡੀਸ਼ਨਸ ਵੇਖਣ ਲਈ ਵੈਬਸਾਈਟ ਤੇ ਅਗਰ ਨਿੱਕੀ ਦੀ ਗੱਲ ਦੱਸੂਗੀ ਨਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਜਿਹਦੇ ਵਾਸਤੇ ਤੁਸੀਂ ਐਲੀਜੀਬਲ ਹੈਗੇ ਉਹ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਨਹੀਂ ਪਤਾ ਲੱਗ ਰਿਹਾ ਤਾਂ ਮੈਂ ਤੁਹਾਨੂੰ ਲਾਸਟ ਦੇ ਦੱਸਾਂ ਕਿ ਤੁਸੀਂ ਅਗਲੀ ਵੈਕੈਂਸੀ ਆ ਹਰਿਆਣਾ ਵਿਧਾਨ ਸਭਾ ਸੈਕਟਰੀਏਟ ਦੇ ਵਿੱਚ ਹੈਗੀਆਂ ਚੰਡੀਗੜ੍ਹ ਦੇ ਵਿੱਚ ਸੋ ਇਹਦੇ ਵਿੱਚ ਵੈਕੈਂਸੀਜ਼ ਅਵੇਲੇਬਲ ਨੇ ਤੁਹਾਡੇ ਕੋਲ ਜੋ ਮੈਂ ਤੁਹਾਡੇ ਇਹਦੇ ਵਿੱਚ ਡਰਾਈਵਰ ਦੀਆਂ ਵੈਕੈਂਸੀਜ਼ ਵੀ ਅਵੇਲੇਬਲਸ ਨੇ ਸੋ ਨੈਕਸਟ ਜਿਹੜੀਆਂ ਵੈਕੈਂਸੀਜ਼ ਆ ਫਰੈਂਡਸ ਉਹ ਹੈਗੀਆਂ ਮੈਂ ਸਾਡੇ ਕੋਲ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਦੇ ਵਿੱਚ ਵੈਕੈਂਸੀਸ ਆ ਲਾਸਟ ਜਿਹੜੇ ਦੇ ਫਾਰਮ ਫਿਲ ਕਰਨ ਦੀ 15 12 ਹੋਊਗਾ ਸੇ ਇਹਦੇ ਵਿੱਚ ਜਿਹੜੀਆਂ ਫਿਲਤੂ ਹੀ ਕਰਨੀਆਂ ਵਾ ਇਹਦੇ ਵਿੱਚ ਹੈਗੀਆਂ ਵਾ 12 ਪੋਸਟ ਨੇ ਪ੍ਰੋਸੈਸ ਸਰਵਰ ਦੀਆਂ ਵੈਕੈਂਸੀਸ ਨੇ ਔਰ ਇਹ ਰੈਗੂਲਰ ਬੇਸਿਸ ਦੇ ਉੱਪਰ ਵੈਕੈਂਸੀਸ ਆਈਆਂ ਨੇ 15 12 ਨੂੰ ਲਾਸਟ ਡੇਟ ਹੈ ਬਹੁਤ ਜਲਦੀ ਜਿਹੜੀਆਂ ਨੇ ਇਹ ਡੇਟਸ ਨਿਕਲ ਜਾਂਦੇ ਬਹੁਤ ਘੱਟ ਲੋਕ ਅਪਲਾਈ ਕਰਦੇ ਨੇ ਕਿ ਕਿਰਨ ਨੂੰ ਪਤਾ ਨਹੀਂ ਲੱਗਦਾ ਅੱਗੇ ਹੈਗਾ ਮਹਾਤਮਾ ગાંધી ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੈਕੈਂਸੀਜ਼ ਨੇ ਸੋ ਇਹਦੇ ਵਿੱਚ ਵੀ origignal ਸੈਂਟਰ ਜਲੰਧਰ ਦੇ ਵਿੱਚ ਹੈਗਾ ਤੇ ਇੱਕ ਬਠਿੰਡਾ ਦੇ ਵਿੱਚ ਇੱਕ ਇੱਕ ਵੈਕੈਂਸੀ ਹੈਗੀ ਪੇ ਸਕੇਲ ਬਹੁਤ ਗੁੱਡ ਹੈ ਇਹਦਾ ਲਾਸਟ ਡੇਟਸ ਹੈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵਿੱਚ ਇਹਦੇ ਵਿੱਚ ਵੀ ਜਿਹੜੀਆਂ ਵੈਕੈਂਸੀਸ ਨੇ ਉਹ ਵੀ ਗੁੱਡ ਵੈਕੈਂਸੀਸ ਨੇ ਕੰਸਲਟੈਂਟ ਆਫਿਸ ਜਿਹੜੇ ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ ਨੈਕਸਟ ਵੈਕੈਂਸੀਸ ਫਰੈਂਡਸ ਹੈਗੇ ਗਲੋਬਲ ਗਰੁੱਪ ਆਫ ਇੰਸਟੀਚਿਊਟ ਦੇ ਹੈਗੇ ਇਹਦੇ ਵਿੱਚ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਸ ਹੈਗੀਆਂ ਨੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ 7 ਡੇਸ ਦੇ ਵਿੱਚ ਵਿੱਚ ਤੁਸੀਂ ਇਹਨਾਂ ਦਾ ਫਾਰਮ ਫਿਲ ਕਰਨਾ ਹੈ ਅਗਲੇ ਫਰੈਂਡਸ ਹੈਗੇ ਫਾਰ ਅਕਾਲ ਅਕੈਡਮੀਸ ਹੈਗੇ ਵੱਡੇ ਬੋਰਡਿੰ ਐਵਲੀਆਂ ਕੁਆਲੀਫਿਕੇਸ਼ਨ ਐਵਲੀਆਂ ਜਿਹੜੀਆਂ ਵੈਕੈਂਸੀਸ ਨੇ ਓਪਨ ਹੋਈਆਂ ਨੇ ਸੋ ਜੇਕਰ ਤੁਸੀਂ ਪੋਸਟ ਗ੍ਰੈਜੂਏਟ ਹੈਗੇ ਤੇ ਕੋ ਮਿਨੀਮਮ 5 ਸਾਲਾਂ ਦਾ ਐਕਸਪੀਰੀਅੰਸ ਹੈਗਾ ਤੁਸੀਂ ਇਹਨਾਂ ਦੇ ਅਪਲਾਈ ਕਰ ਸਕਦੇ ਹੋ ਜਿਹੜੀ ਡਿਸਰਵਿੰਗ ਕੈਂਡੀਡੇਟਸ ਵਾਸਤੇ ਪੇਸਕੂਲ ਬਹੁਤ ਵਧੀਆ ਹੈ ਅਗਲੀਆਂ ਵੈਕੈਂਸੀਜ਼ ਆ ਗਈਆਂ ਫਰੈਂਡਸ ਅਟਰਨਲ ਯੂਨੀਵਰਸਿਟੀ ਬਰੂਸਾਦ ਇਹਦੇ ਵਾਸਤੇ ਵੀ ਅਸਿਸਟੈਂਟ ਪ੍ਰੋਫੈਸਰ ਤੇ ਅਸੋਸੀਏਟ ਪ੍ਰੋਫੈਸਰ ਦੀ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਆਗਰ ਤੁਸੀਂ ਪੀ ਐਚ ਡੀ ਕੀਤੀ ਹੈਗੀ ਆ ਤੇ ਤੁਹਾਨੂੰ ਇਹਦੇ ਵਿੱਚ ਗੁੱਡ ਸਕਿੱਲ ਦੇ ਨਾਲ ਬਰੂਸਾਦ ਦੇ ਵਿੱਚ ਵੈਕੈਂਸੀਜ਼ ਜੌਬ ਮਿਲ ਸਕਦੀ ਹੈ ਨੈਕਸਟ ਵੈਕੈਂਸੀਜ਼ ਹੈਗੇ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਹੈਗੀਆਂ ਵਾ ਸੋ ਇਹਦੇ ਵਿੱਚ ਜਿਹੜੀਆਂ ਵੈਕੈਂਸੀਜ਼ ਹੋਮ ਗਾਰਡਨ ਦੀਆਂ ਫਰੈਂਡਸ ਇਸੇ ਹਿਸਾਬ ਨਾਲ ਇੰਡਸਟਰੀਜ਼ ਦੀਆਂ ਵੈਕੈਂਸੀਜ਼ ਜਿਹੜੀਆਂ ਹੈਗੀਆਂ ਨੇ ਪੋਸਟ ਜਿਹੜੀਆਂ ਹੈਗੀਆਂ ਜੂਨੀਅਰ ਸਟਾਫ ਆਫੀਸ ਇਨਸਪੈਕਟਰ ਆ ਸੋ ਫਰੈਂਡਸ ਐਵੇਲੇਬਲ ਵੈਕੈਂਸੀਸ ਆ ਇਕ ਨਾਲ ਵੈਕੈਂਸੀ ਆਏ ਡਿਸਟ੍ਰਿਕਟ ਹੈਲਥ ਐਂਡ ਫੈਮਿਲੀ ਵੈਲਫੇਅਰ ਸੁਸਾਇਟੀ ਆ ਪਾਨੀਪਤ ਸੋ ਦੇ ਵਿੱਚ ਜਿਹੜੀ ਵੈਕੈਂਸੀਸ ਨੇ ਨੂਟ੍ਰੀਸ਼ਨ ਦੇ ਆਏ ਮੈ ਫਿਜ਼ੀਸ਼ੀਅਨ ਗਾਇਨਕੋਲੋਜਿਸਟ ਐਂਡ ਐਨੈਸਥੀसिया ਵਾਲਿਆਂ ਦੀ ਆ ਵੋ ਵੈਕੈਂਸੀਸ ਆ ਦੇ ਨਾਲ ਹੀ ਮੈਡੀਕਲ ਆਫੀਸਰਸ ਦੀਆਂ ਸੋ ਫਰੈਂਡਸ ਪੇ ਸਕਿਲ ਬਹੁਤ ਗੁੱਡ ਹੈਗੀ ਆ ਹੁਣ ਮੈਂ ਦੱਸ ਦੇਣੀ ਕਿ ਤੁਹਾਨੂੰ ਇੰਨੀਆਂ ਕੁਸ਼ ਮੈਂ ਦੱਸਿਆ ਜਿੱਦਾਂ ਇਨ ਐਵੇਲੇਬਲ ਵੈਕੈਂਸੀਸ ਦੇ ਵਿੱਚ ਸਿਰਫ ਤੇ ਸਿਰਫ ਇੰਟਰਵਿਊ ਹੀ ਹੈਗੇ ਜਿਹੜੇ ਕਿ ਸਤਾਈ 12 ਨੂੰ ਹੋਣਗੇ ਅਜਿੰਨੀਆਂ ਵੀ ਵੈਕੈਂਸੀ ਸਾਡੇ ਨਾਲ ਹੋਣੇ ਸ਼ੇਅਰ ਕੀਤੇ ਨੇ ਸਾਰਿਆਂ ਦਾ ਲਿੰਕ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਇੱਕ ਸਾਈਡ ਹੈ that is www.arnmoneyjob.com ਉਹਦੇ ਉੱਪਰ ਜਾ ਕੇ ਕਲਿੱਕ ਕਰਕੇ ਤੁਸੀਂ ਇਹਨਾਂ ਸਾਰਿਆਂ ਦੇ ਤੁਹਾਨੂੰ ਫਾਰਮ ਵਗੈਰਾ ਅਵੇਲੇਬਲ ਮਿਲ ਜਾਣਗੇ ਕਿੱਥੇ ਕਿੱਥੇ ਕਿਹੜੀ ਕਿਹੜੀ ਵੈਕੈਂਸੀ ਹੈ ਨਾਲ ਦੇ ਨਾਲ ਜਿਨ੍ਹਾਂ ਦੇ ਇੰਟਰਵਿਊ ਵਗੈਰਾ ਹੈਗੇ ਉਹਨਾਂ ਦੇ ਤੁਹਾਨੂੰ ਸਟੱਡੀ ਮਟੀਰੀਅਲ ਵੀ ਦੇਣਗੇ ਵਿਦ ਅਨਸਰਸ ਕੀਸ ਜਿਹੜੇ ਉਹ ਵੀ ਤੁਹਾਨੂੰ ਅਵੇਲੇਬਲ ਹੋ ਜਾਣਗੇ ਨਾਲ ਦੇ ਨਾਲ ਤੁਹਾਨੂੰ ਲਿੰਕ ਹੈ ਉਹਦੇ ਵਿੱਚ ਜਾ ਕੇ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲਓ ਨਾਲ ਦੇ ਨਾਲ ਇੰਸਟਾਗ੍ਰam ਅਗਰ ਤੁਸੀਂ ਯੂਜ਼ ਕਰਦੇ ਤਾਂ ਉਹਦੇ ਲਿੰਕ ਤੁਹਾਨੂੰ ਡੇਲੀ ਬੇਸਿਸ ਉੱਪਰ ਜਿਹੜੀਆਂ ਵੈਕੈਂਸੀਜ਼ ਹੁੰਦੀ ਤਾਂ ਮੈਂ ਹੁਣ ਮੈਂ ਤੁਹਾਨੂੰ ਗਰੁੱਪ ਚ ਦੱਸ ਰਹੀ ਹਾਂ ਨਾ ਸਾਰੀਆਂ ਵੈਕੈਂਸੀਜ਼ ਉਹ ਜੇ ਤੁਹਾਨੂੰ ਸਿੰਗਲ ਸਿੰਗਲ ਨਾਲ ਨਾਲ ਮਿਲ ਜਾਣਗੇ ਔਰ ਜਿਨ੍ਹਾਂ ਦਾ ਕੋਈ ਰਿਟਨ ਟੈਸਟ ਹੋਗਾ ਉਹ ਵੀ ਤੁਹਾਨੂੰ ਨਾਲ ਨਾਲ ਅਵੇਲੇਬਲ ਹੋਣਗੇ ਸੋ ਹੋਰ ਤਾਂ ਬਹੁਤ ਸਾਰਾ ਕੁਝ ਦੇਖਦੇ ਹੋ ਸਾਰਾ ਦਿਨ ਆਪਣੇ ਫੋਨ ਦੇ ਉੱਪਰ ਇੱਕ ਚੰਗੀ ਚੀਜ਼ ਵੀ ਆਪਾਂ ਰੱਖ ਸਕਦੇ ਉਹ ਹੈ ਰਿਤ ਕੌਰ ਦਾ YouTube ਚੈਨਲ ਐਂਡ ਮਨੀ ਜੌਬ ਸੋ ਥਿਸ ਵਾਸ ਆਲ ਅਬਾਊਟ ਟੁਡੇਸ ਵੀਡੀਓ ਹੋਪ ਯੂ ਹੈਵ ਲਾਈਕ ਥਿਸ ਵੀਡੀਓ ਤੇ ਸਟੇ ਟਿਊਨ ਵਿਦ ਯੋਰ ਰਿਤ ਕੌਰ ਫਾਰ ਮੋਰ ਅਪਕਮਿੰਗ ਗਵਰਨਮੈਂਟ ਜੌਬਸ ਇਨ ਪੰਜਾਬ ਟਿਲ ਦੈਨ ਟੇਕ ਕੇਅਰ ਬਾਏ